ਸਤਿ ਸ਼੍ਰੀ ਅਕਾਲ ਬਰਜਿੰਦਰ ਸੋਢੀ ਬਰਲਿਨ ਜਰਮਨੀ ਹਰਬੰਸ ਮਾਨ ਸਿੰਘ ਜੀ ਆਏ ਸਨ ਆਨਰੇਬਲ ਚੀਫ ਮਿਨਿਸਟਰ ਆਫ ਪੰਜਾਬ ਜਰਮਨੀ ਦੇ ਟੂਰ ਤੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਜਿਹੜੇ ਪੋਲੀਟੀਸ਼ੀਅਨ ਨੇ ਸਾਡੀ ਇੰਡੀਆ ਦੇ ਸਾਰੀਆਂ ਪਾਰਟੀਆਂ ਉਹ ਆਪਣੇ ਪੋਲੀਟੀਕਲ ਮੋਟਿਵ ਨੂੰ ਸਿਰੇ ਚੜ੍ਹਾਉਣ ਲਈ ਕਿੰਨੀ ਗਲਤ ਫਹਿਮੀਆਂ ਦੇ ਨਾਲ ਪੇਸ਼ ਕਰ ਰਹੇ ਨੇ। ਮਾਨ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ, ਮੈਂ ਉਹਨਾਂ ਦੇ ਨਾਲ ਸੀ ਦੋ ਦਿਨ ਏਅਰਪੋਰਟ, ਈਵਨ ਕਿ ਉਹਨਾਂ ਨੂੰ ਡਰੋਪ ਕੀਤਾ। ਜਦੋਂ ਮੈਂ ਉਹਨਾਂ ਨੂੰ ਏਅਰਪੋਰਟ ਡਰੋਪ ਕਰਨ ਜਾ ਰਿਹਾ ਸੀ, ਫੋਟੋ ਵੀ ਉਹਨਾਂ ਦੇ ਨਾਲ ਹੋਈ, ਅਤੇ ਉਹਨਾਂ ਨੇ ਜਿੰਨੀ ਦੇਰ ਤੱਕ ਇੱਥੇ ਰਹੇ ਨੇ ਉਹਨਾਂ ਨੇ ਮਤਲਬ ਕਿ ਸ਼ਰਾਬ ਦਾ ਅਤੇ ਨਾ ਹੀ ਨਾਲ ਉਹ ਮਤਲਬ ਕਿ ਉਹਨਾਂ ਨੇ ਹੱਦ ਤੱਕ ਨਹੀਂ ਲਾਇਆ ਸ਼ਰਾਬ ਨੂੰ। ਅਤੇ ਹੁਣ ਇਹ ਸਮਝ ਨਹੀਂ ਆ ਰਹੀ ਕਿ ਵੀ ਇਹ ਪੋਲੀਟੀਕਲ ਪਾਰਟੀਆਂ ਕਿੱਥੋਂ ਇਹ ਇਸ਼ੂ ਲੈਂਦੇ ਨੇ ਕੱਢ ਕੇ ਕਿ ਇਹ ਹੋ ਗਿਆ ਉਹ ਹੋ ਗਿਆ, ਅਤੇ ਵੈਰੀ ਸੈਡ। ਮਤਲਬ ਸਾਨੂੰ ਥੋੜ੍ਹਾ ਜਿਹਾ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਕਮ ਸੇ ਕਮ ਪਰਦੇਸੀ ਧਰਤੀਆਂ 'ਤੇ ਆਪਣੇ ਦੇਸ਼ ਦੀ ਇੱਜ਼ਤ ਨਾ ਕਰੀਏ। ਜੋ ਦੇਸ਼ ਦੇ ਵਿੱਚ ਚੱਲ ਰਿਹਾ ਉਹਨੂੰ ਲੈ ਕੇ ਅਸੀਂ ਪਰਦੇਸੀ ਜੋ ਐੱਨ ਆਰ ਆਈ ਹਾਂ ਬੜੇ ਦੁਖੀ ਹੁੰਦੇ ਹਾਂ ਕਿ ਜੋ ਉੱਥੇ ਅੱਜ ਕੱਲ੍ਹ ਦੇ ਸਰਕਮਸਟਾਂਸਿਸ ਜਾਂ ਹਰਕਤਾਂ ਹੈ, ਹਰ ਬੰਦਾ ਆਪਣੇ ਆਪਣੇ ਇੱਕ ਦੂਜੇ ਦੀ ਲੱਤ ਖਿੱਚਣ 'ਚ ਲੱਗਾ ਹੈ। ਕਮ ਸੇ ਕਮ ਤੁਹਾਨੂੰ ਬੜੇ ਹੱਥ ਜੋੜ ਕੇ ਬੇਨਤੀ ਹੈ, ਕਮ ਤੋਂ ਕਮ ਪਰਦੇਸ ਦੀ ਧਰਤੀ 'ਤੇ ਇਹਨੂੰ ਬਖਸ਼ੋ, ਪਰਦੇਸ ਦੀ ਧਰਤੀ 'ਤੇ ਇਹੋ ਜਿਹੇ ਕੰਮ ਨਾ ਕਰੋ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਮਾਨ ਸਾਹਿਬ ਨੇ ਸਿਰਫ ਪ੍ਰੋਟੋਕੋਲ ਨੂੰ ਫੋਲੋ ਕੀਤਾ, ਨਾ ਉਹਨਾਂ ਨੇ ਕੋਈ ਸਾਡੀ ਔਫਰ ਕਿ ਚਲੋ ਤੁਹਾਨੂੰ ਗੱਡੀ 'ਚ ਘੁਮਾ ਦਿੰਦੇ ਹਾਂ, ਜਰਮਨੀ ਦਿਖਾ ਦਿੰਦੇ ਥੋੜ੍ਹਾ ਜਿਹਾ, ਨਾ ਉਹਨਾਂ ਨੇ ਉਹ ਕਬੂਲ ਕੀਤੀ। ਉਹ ਸਿਰਫ ਆਪਣੇ ਕੰਮ ਦੇ ਵਿੱਚ ਲਗਨ 'ਚ ਸਾਰੇ ਮਕਸੂਦ ਸਨ ਕਿ ਨਹੀਂ ਫਿਰ ਅਗਲੀ ਵਾਰੀ ਪ੍ਰਾਈਵੇਟ ਟੂਰ 'ਤੇ ਆਵਾਂਗੇ ਦੇਖਾਂਗੇ, ਅਤੇ ਫਿਲਹਾਲ ਉਹਨਾਂ ਨੇ ਕੰਮ ਕੀਤਾ। ਪਾਣੀ ਅਤੇ ਚਾਹ, ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਚਾਹ ਬਣਾ ਕੇ ਬੁਲਾਈ ਹੈ, ਜਿਹੜੀ ਉਹਨਾਂ ਨੇ ਚਾਹ ਦੇ ਸ਼ੌਕੀਨ ਨੇ ਚਾਹ ਪੀਤੀ ਹੈ, ਉਹ ਵੀ ਤਾਂ ਉਹਨਾਂ ਦੇ ਮੈਡਮ ਨੇ ਵੀ। ਅਤੇ ਇਹਦੇ ਗਵਾਹ ਮੇਰੇ ਖਿਆਲ ਜਿਹੜਾ ਸਾਰਾ 16-18 ਬੰਦਿਆਂ ਦਾ ਡੈਲੀਗੇਸ਼ਨ ਹੈ ਉਹ ਵੀ ਹੈ ਕਿ ਜਿਹਦੇ 'ਚ ਭਾਰਤ ਸਰਕਾਰ ਦੇ ਵੀ ਇੰਪਲੋਈ ਸਨ, ਸਾਰੇ ਸਨ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ। ਅਤੇ ਮੇਰੇ ਭਰਾਵੋ, ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹੋ ਜਿਹੀ ਪੋਲੀਟਿਕ ਕਰੇ ਹੋ, ਅਤੇ ਦਿਸ ਇਜ਼ ਵੈਰੀ ਸੈਡ ਐਂਡ ਵੈਰੀ ਬੈਡ। ਪਹਿਲੇ ਵੀ ਕਈ ਡੈਲੀਗੇਸ਼ਨ ਆਏ ਨੇ, BJP ਦੇ ਡੈਲੀਗੇਸ਼ਨ ਆਏ, ਕਾਂਗਰਸ ਪਾਰਟੀ ਦੇ ਡੈਲੀਗੇਸ਼ਨ ਆਏ, ਈਵਨ ਕਿ ਡਾਕਟਰ ਮਨਮੋਹਨ ਸਿੰਘ ਜੀ, ਮੋਦੀ ਸਾਹਿਬ, ਨਿਤਿਨ ਗਡਕਰੀ ਜੀ, ਜਿੰਨੇ ਵੀ ਲੋਕ ਆਏ ਸਾਰਿਆਂ ਨੂੰ, ਈਵਨ ਕਿ ਰਾਹੁਲ ਜੀ, ਰਾਹੁਲ ਕਾਂਗਰਸ ਪਾਰਟੀ ਦੇ ਸਭ ਤੋਂ ਵੱਡੇ ਲੀਡਰ, ਵੱਡਾ ਡੈਲੀਗੇਸ਼ਨ ਲੈ ਕੇ ਸਾਰਿਆਂ ਨੂੰ ਅਟੈਂਡ ਕੀਤਾ, ਸਾਰਿਆਂ ਦਾ ਵੈਲਕਮ ਕੀਤਾ। ਅਤੇ ਪਤਾ ਨਹੀਂ ਕਿਉਂ ਬੜਾ ਹੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹੋ ਜਿਹੀ ਪੋਲੀਟਿਕ ਕਿਉਂ ਕਰਦੇ ਨੇ। ਬਿਲਕੁਲ ਸਿੰਪਲ ਸੁਭਾਅ ਦੇ ਬੰਦੇ ਸਾਡੇ CM ਸਾਹਿਬ, ਜਿਹੜਾ ਅੱਛਾ ਕੰਮ ਕਰ ਰਹੇ ਨੇ ਪੰਜਾਬ 'ਚ, ਅਤੇ ਇਹੋ ਜਿਹੀ ਪੋਲੀਟਿਕ ਕਰਨੀ ਬੜੀ ਮਾੜੀ ਗੱਲ ਹੈ, ਅਤੇ ਬੜਾ ਹੀ ਦੁੱਖ ਹੁੰਦਾ ਇਹ ਚੀਜ਼ਾਂ ਦੇਖ ਕੇ, ਵੈਰੀ ਸੈਡ। ਅਤੇ ਮਾਫ਼ ਕਰਨਾ ਜੇ ਮੈਂ ਕੋਈ ਗਲਤ ਕਹਿ ਦਿੱਤਾ ਹੋਵੇ, ਪਰ ਪਲੀਜ਼ ਇਹਨੂੰ ਸਟੋਪ ਕਰੋ ਅਤੇ ਬੰਦ ਕਰੋ, ਇਹੋ ਜਿਹੀ ਕੋਈ ਚੀਜ਼ ਨਹੀਂ ਹੋਈ। ਲੁਫਤਾਂਸਾ ਏਅਰਲਾਈਨ ਵਾਲਿਆਂ ਦੀ ਸਟੇਟਮੈਂਟ ਮੀਡੀਆ ਡੋਮੇਨ 'ਚ ਪਈ ਹੈ, ਤੁਸੀਂ ਉਹਨਾਂ ਦੇ ਡੋਮੇਨ 'ਚ ਜਾ ਕੇ ਦੇਖ ਲਓ। ਟੈਕਨੀਕਲ ਇਸ਼ੂ ਦੇ ਕਰਕੇ ਫਲਾਈਟ ਰੀਸ਼ਡਿਊਲ ਹੋਈ ਹੈ, ਇਹੀ ਕਾਰਨ ਸੀ 4 ਘੰਟੇ ਫਲਾਈਟ ਲੇਟ ਹੋਣ ਦਾ, ਨਥਿੰਗ ਐਲਸ। ਅਤੇ ਪਲੀਜ਼ ਨਾ ਫੇਕ ਖਬਰਾਂ 'ਚ ਆਓ, ਅਤੇ ਆਪਣੇ ਦੇਸ਼ ਦੀ ਇੱਜ਼ਤ ਨੂੰ ਮਿੱਟੀ 'ਚ ਨਾ ਮਿਲਾਓ। ਤੁਹਾਡਾ ਬੜਾ ਬੜਾ ਸ਼ੁਕਰੀਆ, ਥੈਂਕ ਯੂ। ਬਰਜਿੰਦਰ ਸੋਢੀ, ਬਰਲਿਨ, ਜਰਮਨੀ। ਤੁਸੀਂ ਮੇਰਾ ਨਾਮ ਵੀ ਡੋਮੇਨ 'ਚ ਗੂਗਲ 'ਚ ਪਾ ਕੇ ਦੇਖੋ, ਅਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਅੱਜ ਤੱਕ ਅਸੀਂ ਕਿੰਨੇ ਕੁ ਲੋਕਾਂ ਦਾ ਵੈਲਕਮ ਕਰ ਚੁੱਕੇ ਹਾਂ, ਅਤੇ ਅਸੀਂ ਕੀ ਕਰਨੇ ਇੱਥੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਆਲ ਦੀ ਬੈਸਟ।